ਸਾਡੇ ਸ਼ੋਕ ਬੱਤੇ ਇੱਕ ਦੋ ਸੀਗੇ, ਜਿਸ ਤਰ੍ਹਾਂ ਭਾਈ ਅਮਰਜੀਤ ਸਿੰਘ ਜੀ ਗੁਲਸ਼ਨ ਸਾਹਿਬ ਚੜ੍ਹਾਈ ਕਰਕੇ ਉਹਨਾਂ ਨੂੰ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਦੂਜਾ 26 ਜਨਵਰੀ ਨੂੰ ਜੋ ਘਟਨਾਕ੍ਰਮ ਹੋਇਆ ਉਹਦੀ ਨਿੰਦਾ ਵੀ ਕੀਤੀ, ਅਤੇ ਜਿਹੜੇ ਉੱਥੇ ਗ੍ਰਿਫਤਾਰ ਕੀਤੇ ਗਏ ਹੈ ਅਤੇ ਸਾਰੇ ਸਰਬਸੰਮਤੀ ਨਾਲ ਇਹ ਪਾਸ ਕੀਤਾ ਕਿ ਉਹਨਾਂ ਨੂੰ ਤੁਰੰਤ ਰਿਹਾਈ ਕੀਤੀ ਜਾਵੇ। ਅਤੇ ਜਿਹੜੇ ਕੋਈ ਉੱਥੇ ਗੋਲੀ ਨਾਲ ਜਿਸ ਨੂੰ ਮਾਰਿਆ ਗਿਆ, ਜਿਸ ਤਰ੍ਹਾਂ ਨਵਦੀਪ ਸਿੰਘ ਆਪਣਾ ਲੜਕੇ ਨੂੰ ਜਿਸ ਦੀ ਜਾਨ ਗੋਲੀ ਨਾਲ ਵੀ ਗਈ ਹੈ, ਅਤੇ ਜਿਹੜੇ ਵੈਸੇ ਵੀ ਜਾਨਾਂ ਚਲੀਆਂ ਗਈਆਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਪਰਿਵਾਰਾਂ ਦੇ ਨਾਲ ਹਮਦਰਦੀ ਜ਼ਾਹਰ ਕੀਤੀ ਹੈ ਅਤੇ ਸ਼ੋਕ ਮਤਾ ਉਹਨਾਂ ਦੇ ਪਰਿਵਾਰਾਂ ਨੂੰ ਭੇਜਣ ਵਾਸਤੇ ਪਾਸ ਕੀਤਾ ਗਿਆ। ਦੂਜੀ ਗੱਲ ਹੈਗੀ ਹੈ ਕਿ ਜੋ ਭਾਈ ਰਾਜੋਆਣਾ ਸਾਹਿਬ ਕਾਫੀ ਚਿਰ ਤੋਂ ਜੇਲ੍ਹ ਵਿੱਚ ਹੈ, ਅਤੇ ਉਹਨਾਂ ਤੁਰੰਤ ਫੈਸਲਾ ਕਰੇ ਸਰਕਾਰ, ਤੁਰੰਤ ਉਹਨਾਂ ਦੀ ਰਿਹਾਈ ਕਰੇ, ਉਹਦੇ ਸੰਬੰਧ ਵਿੱਚ ਜਿਹੜਾ ਉਹ ਪਤਾ ਕੀਤਾ ਗਿਆ। ਇੱਕ ਉਹਨਾਂ ਦੀ ਫੀਸ ਵਾਸਤੇ, ਕਿਉਂਕਿ ਅਸੀਂ ਹਰ ਮਹੀਨੇ ਜਾਂ ਹਰ ਪੇਸ਼ੀ ਦੇ ਉੱਤੇ 11 ਲੱਖ ਰੁਪਇਆ ਫੀਸ ਦਿੰਦੇ ਹਾਂ, ਇਸ ਤਰ੍ਹਾਂ ਭਾਈ ਦਵਿੰਦਰਪਾਲ ਸਿੰਘ ਭੁੱਲਰ ਸਾਹਿਬ ਜੀ ਉਹਨਾਂ ਦੀ ਵੀ ਹਰ ਪੇਸ਼ੀ ਦਾ ਅਸੀਂ ਵਕੀਲ ਨਾਲ ਕੀਤਾ, ਉਹਨਾਂ ਦਾ ਵੀ 11 ਲੱਖ ਰੁਪਇਆ, ਅਤੇ ਉਹਨਾਂ ਦੀ ਜਿਹੜੀ ਆਈ ਸੀ ਫੀਸ ਉਹ ਵੀ ਪਾਸ ਕੀਤੀ ਗਈ ਹੈ ਭਾਈ ਰਾਜੋਆਣਾ ਸਾਹਿਬ ਜੀ ਦੀ, ਕਿ ਵਕੀਲ ਨੂੰ ਫੀਸ ਦੇਣੀ ਹੈ ਉਹ ਵੀ, ਕਿਉਂਕਿ ਅਸੀਂ ਇਹ ਜਿਹੜਾ ਪੱਕਾ ਹੀ ਬਣਾਇਆ ਹੋਇਆ ਕਿ ਜਦੋਂ ਵੀ ਉਹਨਾਂ ਦੀ ਪੇਸ਼ੀ ਹੁੰਦੀ ਹੈ ਉਹਨਾਂ ਨੇ ਸਾਡੇ ਕੋਲ ਮੰਗਿਆ ਹੋਇਆ ਕਿ ਹਰ ਪੇਸ਼ੀ ਦੇ ਉੱਤੇ 11 ਲੱਖ ਰੁਪਇਆ ਭਾਈ ਰਾਜੋਆਣਾ ਸਾਹਿਬ ਜੀ ਦੀ ਪੇਸ਼ੀ 'ਤੇ ਵਕੀਲ ਨੂੰ ਦੇਣਾ ਪੈਂਦਾ, ਉਹ ਆਇਆ ਸੀ ਬਿੱਲ, ਉਹ ਪਾਸ ਕੀਤੇ ਗਏ। ਇੱਕ ਜਿਹੜਾ ਸਾਨੂੰ ਔਫਰ ਆਈ ਸੀ, ਮੈਂ ਪਿੱਛੇ ਐਲਾਨ ਕੀਤਾ ਸੀਗਾ ਕਿ ਸੋਲਰ ਲਗਵਾਉਣੇ ਹੈ, ਬੜੀ ਖੁਸ਼ੀ ਦੀ ਗੱਲ ਹੈ, ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਵੀ ਦਿੰਦੀ ਹਾਂ ਕਿ ਇਸ ਅਸਥਾਨ ਦੇ ਨਾਲ, ਇਸ ਸੰਸਥਾ ਦੇ ਨਾਲ ਜਾਂ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਸਿੱਖ ਸੰਗਤਾਂ ਦੁਨੀਆ ਵਿੱਚ ਬੈਠੀਆਂ ਕਿੰਨਾ ਮੋਹ ਰੱਖਦੀਆਂ ਅਤੇ ਕਿੰਨੀ ਸ਼ਰਧਾ ਰੱਖਦੀਆਂ। ਉੱਥੇ ਯੂਨਾਈਟਿਡ ਸਿੱਖ ਮਿਸ਼ਨ ਕੈਲੀਫੋਰਨੀਆ ਦੇ ਵਿੱਚ, ਅਮੈਰੀਕਾ ਵਿੱਚ ਹੈ, ਮੇਰਾ ਕਾਫੀ ਉਹਨਾਂ ਦੇ ਨਾਲ ਰਾਬਤਾ ਹੋਇਆ, ਉਹਨਾਂ ਨੇ ਈਮੇਲਾਂ ਰਾਹੀਂ ਸੰਪਰਕ ਕੀਤਾ ਕਿ ਸਾਨੂੰ ਤੁਸੀਂ ਇਹ ਸਾਰੀ ਸੇਵਾ ਦਿਓ, ਉਹਨੂੰ ਕਾਲ ਕੀਤਾ ਹੋਇਆ, ਟਾਟਾ ਵਰਗੀਆਂ ਕੰਪਨੀਆਂ, ਦੂਜੀਆਂ ਕੰਪਨੀਆਂ ਸਾਰੀਆਂ ਪਹੁੰਚ ਰਹੀਆਂ, ਅਤੇ ਦੀ ਬੈਸਟ ਢੰਗ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੋਲਰ ਦਾ ਕੰਮ ਜਿਹੜਾ ਕਰਵਾਇਆ ਜਾ ਰਿਹਾ। ਅਤੇ ਉਹਨਾਂ ਵੱਲੋਂ ਇੱਕ ਬੜੀ ਖੁਸ਼ੀ ਨਾਲ ਔਫਰ ਕੀਤੀ ਗਈ ਹੈ ਕਿ 25 ਸਾਲ 20 ਸਾਲ ਜਿੰਨਾ ਵੀ ਮੇਨਟੇਨੈਂਸ ਹੋਵੇ ਉਹ ਸਾਡੀ ਹੀ ਸੁਸਾਇਟੀ ਕਰੇਗੀ, ਇਹ ਸਾਡੀ ਸੰਸਥਾ ਕਰੇਗੀ, ਅਤੇ ਪੂਰਾ ਖਰਚ ਭਾਵੇਂ ਉਹ 10 ਕਰੋੜ ਦਾ ਹੋ ਜਾਵੇ, ਭਾਵੇਂ 7 ਦਾ ਹੋਵੇ, 20 ਦਾ ਹੋਵੇ, ਸਾਰਾ ਖਰਚ ਜਿਹੜਾ ਉਹ ਸਾਡੀ ਸੰਸਥਾ ਕਰੇਗੀ, ਅਤੇ ਸਾਡੇ ਧੰਨ ਭਾਗ ਹੋਣਗੇ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੋਲਰ ਦਾ ਸੇਵਾ ਕਰ ਸਕੀਏ। ਜਿਹਦੇ ਨਾਲ ਮੈਂ ਇਹ ਦੱਸਣਾ ਚਾਹੁੰਦੀ ਹਾਂ ਕਿ ਤਕਰੀਬਨ 60 ਕੁ ਲੱਖ ਦੇ ਕਰੀਬ ਵੀ ਕਈ ਵਾਰੀ ਮਹੀਨੇ ਦਾ ਖਰਚ ਆ ਜਾਂਦਾ ਬਿਜਲੀ ਦਾ, ਵੱਧ ਵੀ ਆ ਜਾਂਦਾ, ਸਰਦੀ ਹੋਵੇ ਘੱਟ ਵੀ ਆ ਜਾਂਦਾ। ਸੋ ਇਹ ਸਾਰੀ ਐਵਰੇਜ ਹਿਸਾਬ ਪਾ ਲਈਏ ਤਾਂ 60 ਕੁ ਲੱਖ ਰੁਪਇਆ ਮਹੀਨੇ ਦਾ ਖਰਚ ਜਿਹੜਾ ਉਹ ਸਾਡੀ ਬੱਚਤ ਹੋਏਗੀ, ਜਿਹਦੇ ਨਾਲ ਸਾਨੂੰ ਇੱਕ ਬੜਾ ਵੱਡਾ ਫਾਇਦਾ ਹੋਏਗਾ। ਅਤੇ ਇਸ ਸੰਸਥਾ ਦੇ ਨਾਲ ਜਿਨ੍ਹਾਂ ਨੇ ਸਹਿਯੋਗ ਕੀਤਾ, ਧੰਨਵਾਦ ਵੀ ਕੀਤਾ ਸਾਰਿਆਂ ਨੇ, ਅਤੇ ਬੜੇ ਹੀ ਸਤਿਕਾਰ ਦੇ ਨਾਲ ਹਰ ਇੱਕ ਨੇ ਗੱਲ ਕਹੀ ਹੈ ਕਿ ਇਹ ਸਾਡੇ ਵਾਸਤੇ ਖੁਸ਼ਕਿਸਮਤੀ ਹੈ, ਔਰ ਬਹੁਤ ਜਲਦੀ 13 ਤਰੀਕ ਨੂੰ ਇੱਥੇ ਪਹੁੰਚ ਰਹੇ ਹੈ ਅਤੇ ਆ ਕੇ ਆਪਣਾ ਕਾਰੋਬਾਰ ਉਹਨਾਂ ਸ਼ੁਰੂ ਕਰ ਦੇਣਾ। ਉਹਨਾਂ ਨੇ ਇੰਜੀਨੀਅਰ ਸਾਰੇ ਡਿਪਿਊਟ ਕਰ ਦਿੱਤੇ ਹੈ, ਉਹ ਸਾਰੇ ਇੰਜੀਨੀਅਰ ਆਪਣੀ ਫੰਕਸ਼ਨਿੰਗ ਕਰ ਰਹੇ ਹੈ, ਸਾਰੀਆਂ ਸਾਡੀਆਂ ਛੱਤਾਂ ਵੀ ਦੇਖ ਲਈਆਂ ਕਿ ਅਸੀਂ ਕਿੱਥੇ ਲਾ ਸਕਦੇ ਹਾਂ, ਕਿੰਨਾ ਲੱਗ ਸਕਦਾ, ਬਾਬਾ ਦੀਪ ਸਿੰਘ ਸ਼ਹੀਦ ਗੁਰਦੁਆਰੇ ਦੀਆਂ ਸਰਾਵਾਂ ਵੀ ਵੇਖ ਲਈਆਂ, ਇੱਧਰ ਵੀ ਵੇਖ ਲਈਆਂ ਵੀ ਕੋਈ ਸਾਡੀ ਬਿਲਡਿੰਗ ਹੈ ਇਹਦੀ ਗੈਟਅਪ ਨੂੰ ਵੀ ਨਾ ਫਰਕ ਪਵੇ ਅਤੇ ਸਾਡਾ ਕੰਮ ਵੀ ਜਿਹੜਾ ਹੋ ਜਾਵੇ। ਇੱਕ ਜਿਹੜਾ ਸਟੀਮ ਕਿਚਨ ਦੀ ਗੱਲ ਕੀਤੀ ਸੀ ਉਹਦੀ ਵੀ ਕਾਰਵਾਈ ਸਾਡੀ ਚੱਲ ਪਈ ਹੈ, ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ, ਕਿਉਂਕਿ ਉਹਨਾਂ ਨੇ ਵੀ ਮਨਜ਼ੂਰੀ ਦੇ ਦਿੱਤੀ ਹੈ ਕਿ ਇਹ ਸਾਰੀ ਸੇਵਾ ਅਸੀਂ ਕਰਾਵਾਂਗੇ। ਉੱਥੇ ਕਿੰਨਾ ਖਰਚ ਆਉਂਦਾ ਹੈ ਉਹਦਾ ਐਸਟੀਮੇਟ ਲੱਗ ਰਿਹਾ ਜਰਮਨ ਤੋਂ, ਕਿਉਂਕਿ ਉਹ ਸਾਰੀਆਂ ਮਸ਼ੀਨਾਂ ਮੰਗਾ ਰਹੇ ਹੈ, ਸਾਰਾ ਟੋਟਲ ਐਸਟੀਮੇਟ ਕੁਝ ਦਿਨਾਂ 'ਚ ਪਹੁੰਚ ਜਾਏਗਾ। ਸਾਰੀ ਭਾਵੇਂ ਉਹ 1 ਕਰੋੜ ਲੱਗੇ, 2 ਲੱਗੇ, 4 ਲੱਗੇ, ਜਿੰਨੀ ਵੀ ਸੇਵਾ ਹੋਏਗੀ ਉਹ ਸਾਰੀ ਸੇਵਾ ਉਹ ਕਰਾਉਣਗੇ, ਇਹ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ, ਕਿਉਂਕਿ ਮੈਂ ਕੁਦਰਤੀ ਉਹਨਾਂ ਦੇ ਦੇਖਣ ਗਈ ਸੀ, ਉਹਨਾਂ ਲਾਇਆ ਸੀ, ਅਤੇ ਮੈਂ ਬੇਨਤੀ ਕੀਤੀ ਕਿ ਬਾਬਾ ਜੀ ਅਸੀਂ ਵੀ ਲਾਉਣਾ ਚਾਹੁੰਦੇ ਹਾਂ ਅਤੇ ਇਹਦਾ ਐਸਟੀਮੇਟ ਕਿੰਨਾ ਖਰਚਾ ਆਇਆ ਸੀ। ਉਹਨਾਂ ਨੇ ਕਿਹਾ ਕਿ ਸੇਵਾ ਹੀ ਮੇਰੀ ਝੋਲੀ 'ਚ ਪਾ ਦਿਓ, ਔਰ ਜੋ ਦੀ ਬੈਸਟ ਕੰਪਨੀ ਹੋਏਗੀ, ਜੋ ਬੈਸਟ ਢੰਗ ਨਾਲ ਹੋਏਗਾ, ਅਸੀਂ ਉਹ ਕਰਾਂਗੇ। ਮੈਂ ਵਾਹਿਗੁਰੂ ਦਾ ਜਿੱਥੇ ਗੁਰੂ ਰਾਮਦਾਸ ਦਾ ਸ਼ੁਕਰਾਨਾ ਕਰਦੀ ਹਾਂ ਕਿ ਧੰਨ ਗੁਰੂ ਰਾਮਦਾਸ ਜੀ ਨੇ ਇੰਨੀ ਹਿਰਦਿਆਂ ਵਿੱਚ ਵੱਸ ਕੇ ਸੰਗਤਾਂ ਕੋਲੋਂ ਸੇਵਾ ਲੈ ਰਹੇ ਹੈ, ਮੈਂ ਸਮਝੀ ਸਾਡੇ ਵਾਸਤੇ ਇੱਕ ਬੜੀ ਵੱਡੀ ਵਡਿਆਈ ਵੀ ਹੈ, ਅਤੇ ਗੁਰੂ ਨਾਨਕ ਸਾਹਿਬ ਜੀ ਦੀ ਮਿਹਰ ਵੀ ਹੈ ਗੁਰੂ ਰਾਮਦਾਸ ਜੀ ਦੀ ਕਿ ਲੋਕਾਂ ਦੀ ਸ਼ਰਧਾ ਜਿਹੜੀ ਹੈ ਫਿਰ ਉਸੇ ਤਰ੍ਹਾਂ ਬਰਕਰਾਰ ਜਿਹੜੀ ਹੈ। ਕੋਰੋਨਾ ਕੋਵਿਡ ਤੋਂ ਬਾਅਦ ਜਿੰਨੀ ਨੁਕਸਾਨ ਹੋ ਰਿਹਾ ਸੀ ਸਾਡਾ, ਜਿੰਨਾ ਬੜਾ ਅਸੀਂ ਪਰੇਸ਼ਾਨ ਸੀ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆਈਆਂ।
और कई परिवारों ने इत्थे श्रद्धा दे नाल आके सेवा दे विच वड्डी वड्डियां भी सेवावां पाईयां, मैं उन्हां दा भी धन्नवाद करदी हां। सो मैं समझदी हां कि साडियां सारियां जिहड़ियां चीज़ां ने वो बहुत जल्दी तैयार होणगियां, ते 100 साल शताब्दी आ रही है श्री ननकाणा साहब जी दे साके दी, उहदे संबंध विच सारा फैसला किया गया कि जिहड़ा भाई लक्ष्मण सिंह जी का परिवार है, सारा जिहड़ा उहदा परिवार है वह गोदरपुर नगर में वस रहा, वह सारी असी पड़ताल कर ली है, सारा उन्होंने आके दसिया, उन्होंने एक पोतरा इतने एस पी, परपोतरा इतने एस पी भी लगे हुए हैं, उन्होंने सारे परिवार की असी काफ़ी तीन चार महीने तो लगातार लगे, माता उत्थे जिथे रही है अजे तक भी उन्होंने को छोटा जहा घर है, जिहड़ी भाई लक्ष्मण सिंह जी की धर्म पत्नी सी, छोटे जे जिहड़े घर के कमरे च रहिंदे सी वह सारा उन्होंने उदा ही बरकरार रखे हुआ है। सो गोदरपुर के मनाया जाना 19-21 तरीक नूं तैयारियों के संबंध में अजे ड्यूटियां भी लग रही, तो वह सारा जिहड़ा ननकाणा साहब जी का जिला गुरदासपुर च जिला गुरदासपुर के जिदा धारोवाली पिंड से ना, धारोवाली लागे ही पैंदा कोई 20 किलोमीटर के उत्ते शायद दसते हैं, उत्थे मनाया जाना, तो उत्थे सारा असी सारी जमीन भी स्टेज लाने वास्ते ठेके से लैन वास्ते कहती है, जो कोई कणक वड़दा तां भी असी उहदी पूरी करांगे। एक जिहड़ा ननकाणा साहब का साके का ही 100 साल पाकिस्तान भी मनाया जाना, वो असी पासपोर्ट भेज दते हैं, इतों जत्था जिहड़ा जिन्ना भी सानूं वीज़ा मिले वो पूरा जत्था जाएगा उत्थे, सिंह साहब जाणगे तो फिर मैं इत्थे रहांगी, क्योंकि एक जाने नूं सानूं इत्थे रहना बहुत जरूरी हो जाता, सारिया ने फैसला किया कि इत्थे दा जिहड़ा समागम है वो मैं आप हाजिर होकर करवा लवां, तो सिंह साहब जी जिहड़े है वो सिंह साहब उत्थे पहुँच जाएंगे। सो ये सारिया गल्लां नूं देखदे होए अज काफ़ी पंथ की चढ़ती कला वास्ते जिहड़ियां विचारां होईयां ननकाणा साहब की शहादत के साके के संबंध में भी, तो 400 साल समागम जिहड़े बहुत जल्दी श्री गुरु तेग बहादुर साहब के लिखे जाने हैं, तो ये भी है कि एक जो नगर कीर्तन है श्री गुरु तेग बहादुर साहब जी का कढ़ना वो इतों चलेगा श्री अकाल तख्त साहब तो जिदा गुरु के महल, क्योंकि गुरु साहब जी का जो यात्रा सी वो इतों शुरू हुई है तो दिल्ली तक पहुँचेगी। हाँ जी गुरु के महल तो कहते पर श्री अकाल तख्त साहब तो लै लो इतों दरबार साहब तो ही करके, कि गुरु के महल विच ही आ जाता है श्री दरबार साहब तो अमृतसर साहब तो शुरू करके तो उत्थे असी पहुँचावे। सो सारे समागम डेट तो छेती दसते देखो अजे तो यही है भी श्री अमृतसर साहब तो हूँ कितों चलोंगे श्री उत्थे जाके दिल्ली तक पहुँचावे की रूट बनता और सारा रूट करने वास्ते असी कमेटी बना लगे हैं दिल्ली समाप्ति, क्योंकि गुरु साहब जी का जिहड़ा यात्रा वो सारी असी देखांगे कितों कितों गए है, पटियाला ला लो, तमदान साहब ला लो, कुरुक्षेत्र ला लो, सारे हाँ उत्थे तक लैके जावांगे। चलो फिलहाल तो जी यही है कि श्री अमृतसर साहब तो चल के दिल्ली तक जाएगी, अगलियां केड़ियां बनदियां जदों असी 400 साल प्रोग्राम लिखांगे तुहानूं असी होर भी दसांगे, क्योंकि जिहड़ा वड्डा फैसला सीगा वो मैं तुहानूं दस रही हाँ कि फिलहाल अजे ये असी सोचिया। दूजी जिहड़ी गल हैगी है कि जिहड़ी गिरफ़्तार की है, जिस तरह एक लड़की नौदीप कौर भी है जां दूजे भी गिरफ़्तार किए हैं, उन्होंने तुरंत रिहाई वास्ते बेनती की है कि सरकार जिहड़ी है तुरंत रिहाई करे, तां जो साडियां जिहड़ियां लोग अज परेशान है उन्होंने परेशानी खत्म की जाए, तो सरकार को भी मंग करते हैं कि जेडे किसान बिल किसान के हक च नहीं उन्होंने विरोधी है उन्होंने तुरंत जरा रद्द किया जाए। सैक्शन 87-85 तक जोड़े केस होने हैं जोड़े गए हुए है वो होम मिनिस्टर के नाल उन्हों की गलबात की जाए, तो जोड़े केस रेंदे है होर तैयार है उन्होंने सैक्शन 85 लिया वास्ते उत्थे सेंटर सरकार नूं भेजे जा सकन, तां जो जिन्हां दी सालाना आमदन 35 लाख रुपया हो जाती है वो फिर सीधे 85 थले आउंदे है, वो सारी जिहड़ी है असी कारवाई शुरू कर लगे। सो मेरा ख्याल है कि इन्नी कु मेन जिहड़ी चीज़ां सी, बाकी तो असी जिहड़ियां सारियां 85 दे गुरद्वारियां दीआं गल्लां, 87 दे गुरद्वारियां दे कोई प्रबंध दे सुधार जां कोई जिन्ने भी असी कार्ज कीते हुंदे आ उहनां दी पुष्टियां हुंदियां, तो जिथे जिथे कोई हाँ 10 लाख रुपया जिहड़ा सी दित्ता सीगा, मैं गई सीगी इंदौर, इंदौर दे विच उत्थे उन्होंने मंग की सीगी कि 10 लाख रुपया सानूं दित्ता जाए ITI खोलण वास्ते जिहड़े शिगलीगर बन जा रहे हैं उन्हां दा किता, क्योंकि वो हैगा ट्रेनिंग लैण वाला सीगा, तो उत्थे फिर सिंह सभा गुरुद्वारे के प्रधान साहब ने मंग की सीगी
कि सानूं दिओ ते उत्थे 10 लाख रुपया मैं ऐलान किया सीगा ते 5 लाख रुपया उत्थे गुरमत केंद्र खोलण वास्ते क्योंकि उत्थे प्रचारक मंगदे सी कि सानूं गुरमत दा केंद्र खोल के दिता जाए प्रचारक दिते जाण रागी दिते जाण ढाडी दिते जाण इत्थों जा के साढ़े प्रचारकों का रहना रागियों का रहना बड़ा औखा होंदा है। मैं उन्होंने कहा फिर मैं ही उन्होंने कहा कि तुसीं इत्थे गुरमत केंद्र खोलो ते मैं तुहाडी पूरी श्रोमणी कमेटी वल्लों मदद कर दिंदी हां तां जो प्रचारक उत्थों ही तैयार करो उत्थे रागी तैयार करो उत्थे ही कथावाचक तैयार करो तां जो कौम जिहड़ी पूर्ण सिक्खी सरूप विच रहिंदी आ शिकलीगर उन्हां नूं परेशानी ना आ सके ते ओह जिहड़े आ लोग ओह रोटी अपनी कमा सकन ते लोकां दे विच गुरसिक्खी दा प्रचार कर सकन। परसों 15 तरीक नूं भाई साहब भाई लक्ष्मण सिंह जी 15 तरीक नूं पहलां उन्हां दी फोटो जिहड़ी है अजायब घर च लगनी है ते नाल इक बताया कि संत मोहन सिंह जी पिंडर कलां वाले जिहड़े चढ़ाई कर गए है उन्हां दी फोटो उन्हां दी मंग आई सी उन्हूं भी एक प्रवानगी दित्ती है कि उत्थे फोटो जिहड़ी अजायब घर च लाई जाए। देखो हुण एग्जैक्ट नहीं असीं हर पेशी का 11 लाख रुपया दे रहे हैं तो एग्जैक्ट तुसीं कहोगे तो मैं कढ़ा के दे दूंगी फिर असीं ठहर के दस दिंदे मैं पुछ लैंदी हां भारत सरकार नहीं फैसला कर रही। देखो साडी देखो भारत की सरकार साडी है साडी सारिआं दी है भारत सरकार जिहड़ी है साडी सारिआं दी है जदों असीं सरकार दे विच भाईवाल सी असीं उदों वी गल ਇਹ ਨਹੀਂ ਕਿ ਅਸੀਂ ਰਾਜੋਵਾਨ ਦੀ ਗੱਲ ਨਹੀਂ ਕੀਤੀ ਜਾਂ ਅਸੀਂ ਕਰਦੇ ਆਏ ਹਾਂ ਜਿਹੜੇ ਵੀ ਕੋਈ ਵਾਧੇ ਧੱਕੇ ਹੋਏ ਹੈ ਭਾਰਤ ਸਰਕਾਰ ਨਹੀਂ ਕਰਦੀ ਅਸੀਂ ਉਹਨਾਂ ਦੀ ਗੱਲ ਉਠਾਉਂਦੇ ਹਾਂ। ਇਹ ਮਤ ਸੋਚੀਏ ਕਿ ਜੇ ਸਰਕਾਰ ਵਿੱਚ ਸਾਡਾ ਮੰਤਰੀ ਬੈਠਾ ਸੀ ਤਾਂ ਅਸੀਂ ਕੋਈ ਡਿਵੈਲਪਮੈਂਟ ਦੀ ਗੱਲ ਨਹੀਂ ਕੀਤੀ ਅਸੀਂ ਕੋਈ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਕੀਤੀ ਅਸੀਂ ਪੰਜਾਬ ਦੇ ਹੋਏ ਤਸ਼ੱਦਦ ਦੀ ਗੱਲ ਨਹੀਂ ਕੀਤੀ ਜੇ 84 ਦੇ ਕਤਲ ਹੋਏ ਸੀ ਉਹਨਾਂ ਦੀਆਂ ਉਹਨਾਂ ਵਾਸਤੇ ਵੀ ਸਜ਼ਾਵਾਂ ਦੀ ਗੱਲ ਕੀਤੀ ਹੈ ਉਹਨਾਂ ਦੀ ਵੀ ਪੈਰਵਾਈ ਕੀਤੀ ਹੈ ਪੂਰੇ ਤਰ੍ਹਾਂ ਨਾਲ ਸਜ਼ਾਵਾਂ ਵੀ ਦਵਾਈਆਂ ਔਰ ਉਹਨਾਂ ਦੇ ਕੇਸ ਵਾਪਸ ਵੀ ਖੁਲਵਾਏ ਹੈ। ਜੇ ਕਿਤੇ ਵੀ ਕੋਈ ਭੀੜ ਬਣੀ ਹੈ ਜਾਂ ਪੀੜਾ ਆਈ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਡੇ ਮੈਂਬਰ ਪਾਰਲੀਮੈਂਟ ਜਿਹੜੇ ਵਿੱਚ ਬੈਠੇ ਸੀ ਜਾਂ ਵਜ਼ੀਰ ਬੈਠੇ ਸੀ ਉਹਨਾਂ ਨੇ ਦੁਹਾਈ ਪਾ ਪਾ ਕੇ ਉਹਨਾਂ ਗੱਲਾਂ ਨੂੰ ਹੱਲ ਕਰਾਇਆ ਔਰ ਜੇ ਕਿਤੇ ਇੱਥੇ GST ਲੱਗ ਗਈ ਤਾਂ ਅਸੀਂ ਕਹਿ ਕੇ ਕਰਾਇਆ ਜੇ ਕੋਈ ਵੀ ਗੱਲ ਹੈ ਇੱਥੇ FSR ਲੈਣੀ ਸੀ ਉਹ ਤਾਂ ਅਸੀਂ ਕਹਿ ਕੇ ਕਰਾਇਆ ਸੋ ਜਦੋਂ ਸੈਂਟਰ ਵਿੱਚ ਬੈਠੇ ਸੀ ਅਸੀਂ ਸੈਂਟਰ ਦਾ ਕੰਮ ਵੀ ਕੀਤਾ ਹੁਣ ਵੀ ਮੈਂਬਰ ਪਾਰਲੀਮੈਂਟ ਦੇ ਤੌਰ ਦੇ ਉੱਤੇ ਬਾਦਲ ਸਾਹਿਬ ਨੇ ਕਿਸਾਨਾਂ ਦੀ ਗੱਲ ਨੂੰ ਉੱਚੀ ਚੁੱਕ ਕੇ ਜਿੱਥੇ ਉਹਨਾਂ ਨੇ ਇਨਸਾਫ ਦੀ ਗੱਲ ਕੀਤੀ ਹੈ ਉੱਥੇ ਵਜ਼ੀਰੀਆਂ ਤੋਂ ਅਸਤੀਫੇ ਵੀ ਦਿੱਤੇ ਹੈ ਜਿੱਥੇ ਸਾਡੇ ਨਾਲ ਧੱਕਾ ਹੋਇਆ ਅਸੀਂ ਉੱਥੇ ਅਸਤੀਫੇ ਵੀ ਦਿੱਤੇ ਹੈ ਅਸੀਂ ਛੱਡ ਕੇ ਵੀ ਆਏ ਹਾਂ ਇਹ ਨਹੀਂ ਕੋਈ ਗੱਲ ਕਿ ਅਸੀਂ ਉਹਨਾਂ ਦੇ ਪਿੱਛੇ ਲੱਗੇ ਹਾਂ ਜੇ ਸਾਡੇ ਨਾਲ ਧੱਕਾ ਕਰਨਗੇ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਭਾਵੇਂ ਕੋਈ ਵੀ ਸਰਕਾਰ ਹੋਵੇ। ਸੁਪਰੀਮ ਕੋਰਟ ਵੱਲੋਂ ਹਦਾਇਤ ਕੀ ਦਿੱਤੀ ਗਈ ਹੈ ਸੈਂਟਰ ਗਵਰਨਮੈਂਟ ਨੂੰ ਇਹੀ ਹੈ ਕਿ ਇਹਨਾਂ ਦੀ ਜਿਹੜੀ ਜੇ ਸਜ਼ਾ ਪੂਰੀ ਹੋ ਗਈ ਹੈ ਉਹਨਾਂ ਨੇ ਤਾਂ ਇਹ ਗੱਲ ਕਹੀ ਫਾਂਸੀ ਦੀ ਸੀ ਨਾ ਜੀ ਫਾਂਸੀ ਦੀ ਸੀ ਫਾਂਸੀ ਦੇ ਸਰ ਸੁਪਰੀਮ ਕੋਰਟ ਨੇ ਮੁੜ ਕੇ ਭਾਰਤ ਸਰਕਾਰ ਨੂੰ ਭੇਜ ਦਿੱਤਾ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਲਾਈ ਸੀ ਸ਼੍ਰੋਮਣੀ ਉੱਥੇ ਜਿਹੜਾ ਦਿੱਲੀ ਅਕਾਲੀ ਦਲ ਹੈ ਉਹਨਾਂ ਦੀ ਡਿਊਟੀ ਲਾਈ ਹੈ ਉਹ ਸਾਰੇ ਕੇਸ ਉੱਤੇ ਲਾ ਕੇ ਲੜ ਰਹੇ ਹੈ ਸਾਰੇ ਵਕੀਲ ਜਿਹੜੇ ਉਹਨਾਂ ਕੀਤੇ ਹੋਏ ਹੈ 3 ਕੁ ਦੀ ਰਿਹਾਈ ਹੋ ਗਈ ਹੈ ਬਾਕੀ ਜਿਹੜੀ ਰਿਹਾਈ ਕਰਾਉਣ ਵਾਸਤੇ ਉਹ ਆਪਣੀ ਕੇਸ ਲੜ ਰਹੇ ਜੀ। ਰਾਜ ਸਭਾ ਚ ਕੱਲ ਮੋਦੀ ਜੀ ਨੇ ਕਿਹਾ ਸਿੱਖਾਂ ਦੀਆਂ ਸੇਵਾਵਾਂ ਤੇ ਜਿਹੜਾ ਹੈਗਾ ਮਾਣ ਦੇਸ਼ ਨੂੰ ਉਹਨਾਂ ਨੂੰ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਹੋ ਜੇ ਕਿ ਸਿੱਖਾਂ ਦੀਆਂ ਕੁਰਬਾਨੀਆਂ ਦੇ ਉੱਤੇ ਉਹਨਾਂ ਨੂੰ ਮਾਣ ਹੈ ਤਾਂ ਫਿਰ ਮੇਰਾ ਖਿਆਲ ਹੈ ਕਿ ਸਿੱਖ ਕਦੀ ਇੰਨਾ ਰੌਲਾ ਨਾ ਪਾਉਣਾ ਪੈ ਜੇ ਇੰਨੀ ਬੇਇਨਸਾਫੀ ਦੀ ਗੱਲ ਨਾ ਕਹਿਣੀ ਪਵੇ ਜੋ ਧੱਕੇ ਜੋ ਜ਼ੁਲਮ ਸਾਡੇ ਨਾਲ ਹੋ ਰਹੇ ਹੈ ਫਿਰ ਸਾਨੂੰ ਸੰਘ ਪੜ ਪੜ ਕੇ ਵਾਰ ਵਾਰ ਨਾ ਕਹਿਣਾ ਪਵੇ। ਪ੍ਰਧਾਨ ਮੰਤਰੀ ਜੀ ਨੂੰ ਜੇ ਇਸ ਗੱਲ ਦਾ ਗਿਆਨ ਹੈ ਕਿ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਨਹੀਂ ਭੁਲਾਇਆ ਜਾ ਸਕਦਾ ਸਿੱਖਾਂ ਦੀਆਂ ਕੁਰਬਾਨੀਆਂ ਕਰਕੇ ਜਾਂ ਪੰਜਾਬੀਆਂ ਦੀਆਂ ਕੁਰਬਾਨੀਆਂ ਕਰਕੇ ਅਸੀਂ ਆਜ਼ਾਦ ਹੈ ਆਜ਼ਾਦ ਹੋਏ ਹਾਂ ਅਤੇ ਮੇਰਾ ਖਿਆਲ ਹੈ ਉਹਨਾਂ ਨੂੰ ਤਾਂ 1 ਮਿੰਟ ਨਹੀਂ ਲਾਉਣਾ ਚਾਹੀਦਾ ਜੋ ਅੱਜ ਕਿਸਾਨੀ ਮੁੱਦਾ ਜੇ ਉਹਦੇ ਵਾਸਤੇ ਆਵਾਜ਼ ਉੱਠ ਰਹੀ ਹੈ ਅਤੇ ਕਿਸਾਨ ਇੱਕ ਸਿੱਖ ਵੀ ਹੈ ਕਿਸਾਨ ਇੱਕ ਪੰਜਾਬੀ ਵੀ ਹੈ ਕਿਸਾਨ ਹਿੰਦੁਸਤਾਨੀ ਵੀ ਹੈ ਦੇਸ਼ਵਾਸੀ ਵੀ ਹੈ ਅਤੇ ਭਾਰਤ ਦੇ ਲੋਕਾਂ ਨੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਅਤੇ ਅੱਜ ਪ੍ਰਧਾਨ ਮੰਤਰੀ ਜੀ ਨੂੰ ਤੁਰੰਤ ਇਹ ਫੈਸਲੇ ਕਰਨੇ ਚਾਹੀਦੇ ਹੈ ਜਿਨ੍ਹਾਂ ਨੂੰ ਲੋਕਾਂ ਨੇ ਦਿਲਾਂ ਨੂੰ ਜਿਹੜਾ ਉਹ ਸ਼ਾਂਤੀ ਮਿਲ ਸਕੇ। ਉਹਨਾਂ ਨੇ ਤੇ ਫਿਰ ਕਿਹਾ ਪ੍ਰਧਾਨ ਮੰਤਰੀ ਨੇ ਵੀ ਸਿੱਖਾਂ ਕਿਸਾਨਾਂ ਦੇ ਫੇਵਰ ਦੇ ਹੱਕ ਜਿਹੜੇ ਲਾਭ ਮਿਲੇਗਾ ਕਿ ਦੇਖੋ ਜੇ ਨਹੀਂ ਉਹ ਤੇ ਵਾਰ-ਵਾਰ ਕਹੀ ਜਾ ਰਹੇ ਜੇ ਹੱਕ ਚ ਹੋਣ ਤੇ ਇਹਨਾਂ ਨੂੰ ਚਾਹ ਹੁੰਦਾ ਕਿ ਇਹਨੇ ਲੋਕ ਜਿਹੜੇ ਆਪਣੀਆਂ ਜਾਨਾਂ ਗਵਾਉਣ ਦੇ ਜੇ ਹੱਕ ਚ ਹੋਣ ਤੇ ਹੁਣ ਤੇ ਇਕੱਲੇ ਪ੍ਰਧਾਨ ਮੰਤਰੀ ਜੀ ਦੀ ਗੱਲ ਨਹੀਂ ਰਹਿ ਗਈ ਹੁਣ ਤੇ ਮੁਲਕਾਂ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਡੇ ਹੱਕ ਚ ਨਹੀਂ। ਚਲੋ ਦੇਖੋ ਜੀ ਗੱਲ ਇਹ ਸਿੱਖਾਂ ਦੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਲੜਾਈ ਨਹੀਂ ਹੈ
ਇਹ ਦੇਸ਼ ਦੇ ਕਿਸਾਨਾਂ ਦੀ ਲੜਾਈ ਹੈ, ਇਹ ਦੇਸ਼ ਦੇ ਕਿਸਾਨਾਂ ਦੇ ਹੱਕਾਂ ਦੀ ਗੱਲ ਹੈ। ਸਿੱਖਾਂ ਦੀ ਲੜਾਈ ਜਿਹੜੀ ਹੁੰਦੀ ਹੈ, ਅਸੀਂ ਸਿੱਖਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਜਦ ਮੋਰਚੇ ਲਾ ਕੇ ਗੁਰਦੁਆਰਾ ਸੁਧਾਰ ਲੈ ਕੇ ਅਸੀਂ ਲੜ ਲਈਆਂ ਨੇ, ਅਸੀਂ ਕੁਰਬਾਨੀਆਂ ਦੇ ਲਈਆਂ ਨੇ, ਔਰ ਜਿੱਥੇ ਸਿੱਖਾਂ ਦੇ ਮਸਲੇ ਹੋਣਗੇ ਅਸੀਂ ਲੜਾਈਆਂ ਕਰਾਂਗੇ, ਅਸੀਂ ਜ਼ਰੂਰਤ ਨਾ ਕਰਾਂਗੇ। ਪਰ ਇਹ ਕਿਸਾਨਾਂ ਦਾ ਮੁੱਦਾ ਹੈ, ਇਹ ਇਕੱਲਾ ਆਪਾਂ ਇਹ ਨਾ ਕਹੀਏ ਇਕੱਲਾ ਸਿੱਖਾਂ ਦਾ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਮੁੱਦਾ ਹੈ, ਇਹ ਦੇਸ਼ ਦੇ ਕਿਸਾਨਾਂ ਦਾ ਮੁੱਦਾ ਲੈ ਕੇ ਤੁਰੋ, ਇਹਨੂੰ ਇਕੱਲੇ ਸਿੱਖਾਂ ਨਾਲ ਸਮਝੋ ਕਿ ਇਕੱਲੇ ਸਿੱਖਾਂ ਦਾ ਮੁੱਦਾ। ਹਾਂ, ਸਿੱਖ ਜਿਹੜੇ ਆ ਉਹ ਜੂਝ ਕੇ ਲੜਦੇ ਆ ਹਰ ਗੱਲ ਵਾਸਤੇ, ਹੱਕਾਂ ਵਾਸਤੇ, ਤਾਂ ਉਹ ਜ਼ਿਆਦਾ ਦਿਸਦੇ ਉਹਨਾਂ ਨੂੰ ਕਿ ਇਕੱਲੇ ਖਾਲੀ ਸਿੱਖਾਂ ਦਾ ਮਸਲਾ। ਇਹਨੂੰ ਸਿੱਖਾਂ ਦਾ ਮਸਲਾ ਕਿਉਂ ਬਣਾਉਂਦੇ ਆ ਜੀ? ਇਹਨੂੰ ਬਣਾਉਣ ਦੇਸ਼ ਦੇ ਕਿਸਾਨਾਂ ਦਾ ਮੁੱਦਾ। ਇਹ ਹੈ ਕਿ ਜੋ ਉਹ ਕਰ ਰਹੇ ਹੈ ਅਸੀਂ ਉਹਦੀ ਨਿੰਦਾ ਵੀ ਕਰਦੇ ਹਾਂ ਔਰ ਉਹ ਗਲਤ ਕਰ ਰਹੇ ਹੈ। ਦੇਸ਼ ਦੇ ਲੋਕਾਂ ਦੇ ਹੱਕ ਮਿਲਣੇ ਚਾਹੀਦੇ ਆ, ਦੇਸ਼ ਆਜ਼ਾਦ ਸਾਡੀਆਂ ਕੁਰਬਾਨੀਆਂ ਨਾਲ ਹੀ ਹੋਇਆ। ਜੇ ਦੇਸ਼ ਵਾਸੀਆਂ ਨੂੰ ਅੱਜ ਮਾਣ ਹੈ ਆਪਣੇ ਦੇਸ਼ ਦੀ ਸਰਕਾਰ ਉੱਤੇ, ਤਾਂ ਦੇਸ਼ ਦੀ ਸਰਕਾਰ ਦਾ ਵੀ ਫਰਜ਼ ਬਣਦਾ ਕਿ ਉਹਨਾਂ ਦੀ ਆਵਾਜ਼ ਨੂੰ ਸੁਣ ਸਕਣ। ਦੇਖੋ ਜਿਹੜੀ ਜੋਤ ਜਗਦੀ ਹੁੰਦੀ ਨਾ ਜੀ, ਉਹਨੂੰ ਬੁਝਾਉਣਾ ਚਾਹੁੰਦਾ ਹਰ ਕੋਈ। ਸਿੱਖਾਂ ਦੀ ਇਹ ਤਾਂ ਮਤਲਬ ਸਿੱਖਾਂ ਦੀ ਧਾਕ ਹੈਗੀ, ਇਹ ਜੋਤ ਤਕੜੀ ਹੈ, ਇਸ ਕਰਕੇ ਉਹਨਾਂ ਤੋਂ ਲੋਕੀ ਡਰਦੇ। ਅਸੀਂ ਆਪੇ ਕਰ ਲਾਂਗੇ। ਆ ਜਿਹੜੇ ਜਿਹੜੇ ਲਾਪਤਾ ਹੋਏ ਆ ਉਹਨਾਂ ਦੀ ਸਰਕਾਰ ਨੂੰ ਤੁਰੰਤ ਭਾਲ ਕਰਨੀ ਚਾਹੀਦੀ ਹੈ, ਔਰ ਜੇ ਕੋਈ ਨੁਕਸਾਨ ਹੋਇਆ ਤਾਂ ਉਹ ਵੀ ਦੇਖਣਾ ਚਾਹੀਦਾ। ਦੋਸ਼ੀ ਕੌਣ ਹੈ ਕੌਣ ਨਹੀਂ ਹੈਗਾ ਉਹ ਹਾਲਾਤ ਉੱਥੇ ਦੱਸ ਸਕਦੇ ਆ, ਮੈਨੂੰ ਤਾਂ ਪਤਾ ਨਹੀਂ ਹੁੰਦਾ ਵੀ ਦੋਸ਼ੀ ਕੌਣ ਹੈ ਉੱਥੇ, ਕੀ ਹਾਲਾਤ ਬਣੇ ਹੁਣ ਤਾਂ ਉਹ ਜਿਹੜੀ ਸਰਕਾਰ ਹੈ ਸਾਰਾ ਕੁਝ ਆਪ ਹੀ ਕਰਾ ਕੇ, ਏਜੰਸੀਆਂ ਨੇ ਆਪ ਕਰਵਾ ਕੇ ਅੱਜ ਦੋਸ਼ੀ ਦੂਜਿਆਂ ਨੂੰ ਕਰਾਰ ਕਰਦੇ ਹੈ, ਅਤੇ ਫਿਰ ਸਰਕਾਰ ਕੀ ਕਰਦੀ ਸੀ ਉਸ ਵੇਲੇ? ਸਰਕਾਰ ਨੇ ਕਿਉਂ ਆਪਣੇ ਪ੍ਰਬੰਧ ਜਿਹੜੇ ਸੀਗੇ ਕੀਤੇ? ਉਹ ਤਾਂ ਆਪ ਹੀ ਦੇਖ ਰਹੇ ਸੀ ਜਦੋਂ ਜਾ ਰਹੇ ਸੀ ਸਾਰੇ ਕਿਲੇ ਵੱਲ ਨੂੰ, ਤਾਂ ਆਪ ਤੋਂ ਰਹੇ ਸਾਰਿਆਂ ਨੂੰ, ਅਤੇ ਕਿਲੇ 'ਤੇ ਜਾਣਾ ਕੋਈ ਪਾਪ ਨਹੀਂ ਸੀਗਾ। ਜੋ ਚਲੇ ਵੀ ਗਏ ਸੀਗੇ, ਜੇ ਉੱਥੇ ਨਿਸ਼ਾਨ ਸਾਹਿਬ ਵੀ ਚੜਾ ਦਿੱਤਾ ਤਾਂ ਕਿਹੜਾ ਕੋਈ ਪਾਪ ਹੋ ਗਿਆ ਸੀਗਾ? ਐਡਾ ਵੱਡਾ ਜ਼ੁਲਮ ਨਹੀਂ ਕਰਨਾ ਚਾਹੀਦਾ ਕਿ ਇੰਨੀ ਕੁੱਟ, ਇੰਨਾ ਮਾਰ, ਇੰਨਾ ਜ਼ੁਲਮ ਉੱਥੇ ਕੀਤਾ ਗਿਆ। ਉੱਥੇ ਕੋਈ ਵੀ ਸੱਟਾਂ ਲੱਗੀਆਂ, ਮੈਂ ਤਾਂ ਇਹ ਵੀ ਕਹਿੰਦੀ ਹਾਂ ਕਿ ਜੇ ਸਾਡੇ ਸੈਨਿਕਾਂ 'ਤੇ ਵੀ ਸੱਟਾਂ ਲੱਗੀਆਂ ਹੋਣ, ਜੇ ਸਾਡੇ ਪੁਲਿਸ ਕਰਮਚਾਰੀਆਂ 'ਤੇ ਲੱਗੀਆਂ, ਉਹ ਵੀ ਮਾੜੀ ਗੱਲ ਹੈ। ਮੈਂ ਤਾਂ ਇਸ ਗੱਲ ਦੀ ਵੀ ਨਿੰਦਾ ਕਰਦੀ, ਨਹੀਂ ਹੋਣਾ ਚਾਹੀਦਾ ਇਹ ਗੱਲਾਂ। ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪ ਉੱਥੇ 100 ਸਾਲਾਂ ਮਨਾ ਰਹੀ ਹੈ ਜਾ ਕੇ। ਕੀ ਪ੍ਰੋਗਰਾਮ ਕੀ ਨੇ ਜੀ ਉੱਥੇ ਦੇ? ਉੱਥੇ ਸਮਾਗਮ, ਧਾਰਮਿਕ ਸਮਾਗਮ ਹੀ ਹੋਣਗੇ ਜੀ। ਕਵੀ ਦਰਬਾਰ ਕਹਿ ਲਓ, ਗੁਰਮਤਿ ਸਮਾਗਮ ਕਹਿ ਲਓ, ਜਾਂ ਉੱਥੇ ਜਿਹੜੇ ਸਮਾਗਮ ਲਿਖੇ ਜਾ ਰਹੇ ਆ ਉੱਥੇ ਜਾ ਕੇ ਮਨਾਉਣਗੇ। ਉੱਤਰਾਖੰਡ ਦੇ ਮੁੱਖ ਮੰਤਰੀ 2 ਮਾਰਚ ਨੂੰ ਮੁੜ ਕੇ ਰੱਖਿਆ ਕਿ 2 ਡਿਊਟੀ ਲਾਈ, ਇੱਕ ਚੀਮਾ ਸਾਹਿਬ ਉੱਥੇ ਜਿਹੜੇ ਮੰਤਰੀ ਰਹੇ ਆ MLA ਸਾਹਿਬ, ਉਹਨਾਂ ਹੀ ਡਿਊਟੀ ਲਾਈ ਹੈ। ਇੱਕ ਅਸੀਂ ਜਿਹੜੇ ਆਏ ਸੀਗੇ ਸੰਤ ਹਰਿਦੁਆਰ ਸਾਹਿਬ ਤੋਂ, ਕੀ ਨਾਮ ਸੀ, ਬਾਬਾ ਗਿਆਨ ਦੇਵ ਜੀ, ਉਹਨਾਂ ਦੀ ਡਿਊਟੀ ਲਾਈ ਹੈ ਕਿ ਤੁਸੀਂ ਆਪ ਵੀ ਜਾ ਕੇ ਮਿਲੋ, ਅਤੇ ਮੈਂ ਵੀ ਟੈਲੀਫੋਨ ਦੇ ਉੱਤੇ ਕੱਲ੍ਹ ਦੀ ਸੰਪਰਕ ਕਰਦੀ ਸੀ, ਸੰਪਰਕ ਨਹੀਂ ਹੋ ਸਕਿਆ ਕਿ ਮੁੱਖ ਮੰਤਰੀ ਜੋ ਟਾਈਮ ਲੈ ਸਕੀਏ, ਅਤੇ ਅਸੀਂ ਉੱਥੇ, ਕਿਉਂਕਿ ਸਾਨੂੰ ਪਤਾ ਲੱਗਿਆ ਜਿਹੜੀ ਪਿਛਲੀ ਕਮੇਟੀ ਨੇ ਜੋ ਕੰਮ ਕੀਤਾ ਸੀ ਥੋੜ੍ਹਾ ਜਿਹਾ, ਉਹਦੀ ਅਸੀਂ ਕਾਰਵਾਈ ਪੜ੍ਹੀ ਸੀਗੀ। ਅਸੀਂ ਸੋਚਿਆ ਕਿ ਆਪ ਜਾ ਕੇ ਉਹਨਾਂ ਨੂੰ ਅਸੀਂ ਰਿਕੁਐਸਟ ਕਰੀਏ, ਅਤੇ ਥਾਂ ਦੇਖੀਏ ਵੀ ਕਿਹੜੀ ਉਹ ਕਹਿੰਦੇ ਆ ਵੀ ਤੁਸੀਂ ਇੱਥੇ ਇੰਨੀ ਲੈ ਲਓ, ਇੱਥੇ ਇੰਨੀ ਲੈ ਲਓ, ਜਾ ਕੇ ਦੇਖੀਏ ਸਹੀ। ਮੇਨ ਮਕਸਦ ਇਹ ਹੈ ਵੀ ਗੁਰੂ ਸਾਹਿਬ ਉੱਥੇ ਗਏ, ਜਿੱਥੇ ਉਹ ਜਗ੍ਹਾ 'ਤੇ ਰਹੇ ਹੈ ਉਹ ਜਗ੍ਹਾ ਕਿੰਨੀ ਕੁ ਹੈ, ਸਾਨੂੰ ਕਿੰਨੀ ਦਿੰਦੇ ਹੈ ਉਹਦੇ, ਜਾਂ ਕੋਈ ਹੋਰ ਸਾਨੂੰ ਜਗ੍ਹਾ ਕਿੱਥੇ ਕੁ ਦਿੰਦੇ ਹੈ, ਉਹ ਸਾਰੀ ਦੇਖਣ ਵਾਸਤੇ। ਜਦ ਤੱਕ ਅਸੀਂ ਆਪ ਨਹੀਂ ਜਾਂਦੇ, ਜਿਹੜਾ ਅਸੀਂ ਕੋਈ 1-2 ਭੇਜ ਦਿੰਦੇ ਹਾਂ, ਵਫਦ ਉਹਨਾਂ ਕੋਲ ਪੂਰੀ ਨਹੀਂ ਹੋ ਸਕਦੀ। ਇਸ ਕਰਕੇ ਬੰਨ ਬਣਾਇਆ ਕਿ ਜਿਹੜੀ ਸਾਰੇ ਜਾਣੇ ਜਾ ਕੇ ਇੱਕ ਵਾਰੀ ਮੀਟਿੰਗ ਕਰ ਲਈਏ, ਅਤੇ ਉਸ ਮੁੱਖ ਮੰਤਰੀ ਨੂੰ ਹਾਲਾਤਾਂ ਬਾਰੇ ਜਾਣੂ ਕਰੇ।